ਹਲਕਾ ਭੋਆ ਦੇ ਅਧੀਨ ਪੈਂਦੇ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਥਿਤ ਟੋਲ ਪਲਾਜ਼ਾ ਦੇ ਨੇੜੇ ਪਿੰਡ ਜਗਤਪੁਰ ਤੇ ਜਗਤਪੁਰ ਜੱਟਾਂ ਦੇ ਲੋਕਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਖਿਲਾਫ ਰੋਡ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਤੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਦਾ ਇਲਜ਼ਾਮ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਨੈਸ਼ਨਲ ਹਾਈਵੇ ਵਿੱਚ ਬਣਾਇਆ ਗਿਆ ਕੱਟ ਬੰਦ ਕੀਤਾ ਜਾ ਰਿਹਾ ਹੈ। ਨੈਸ਼ਨਲ ਹਾਈਵੇ ਤੇ ਬਣੇ ਕੱਟ ਨੂੰ ਬੰਦ ਕਰਨ ਦੇ ਵਿਰੋਧ ਦੇ ਵਿੱਚ ਕਰੀਬ 3 ਪਿੰਡਾਂ ਦੀਆਂ ਪੰਚਾਇਤਾਂ ਨੇ ਸਾਂਝੇ ਤੌਰ ਤੇ ਇਕੱਠੇ ਹੋ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੱਟ ਮੁੜ ਤੋਂ ਖੋਲ੍ਹਣ ਦੀ ਮੰਗ ਕੀਤੀ। ਅਸੀਂ ਪਿੰਡ ਵਾਸੀ ਲਦਪਾਲਮਾ ਸਮੂਹ ਪਿੰਡ ਵਾਸੀ ਲਦਪਾਲਮਾ ਜਗਤਪੁਰ ਜਗਤਪੁਰ ਜੱਟਾਂ ਤੋਂ ਅੱਜ ਇੱਥੇ ਅਸੀਂ ਇਸ ਕਰਕੇ ਇਕੱਠੇ ਹੋਏ ਹਾਂ ਕਿ 20/11/2014 ਨੂੰ ਵੀ ਇਹ ਬੰਦ ਕਰਨ ਵਾਸਤੇ ਆਏ ਸੀ। ਉਦੋਂ ਵੀ ਅਸੀਂ DC ਸਾਹਿਬ ਨੂੰ ਮਿਲੇ ਸੀ ਤਾਂ ਉਹਨਾਂ ਨੇ ਸਾਨੂੰ ਪ੍ਰਪੋਜ਼ਲ ਭੇਜ ਦਿੱਤਾ ਕਿ ਅਸੀਂ NH ਨੂੰ ਭੇਜਿਆ। ਉਹਨਾਂ ਦਾ ਜਿਹੜਾ ਉਸ ਵੇਲੇ ਮੌਜੂਦਾ ਜਿਹੜਾ ਮੈਂਬਰ ਸੀ ਆਪਣਾ ਡਰਾਇੰਗ ਵਾਲਾ ਅਨਿਲ ਖਜੂਰੀਆ, ਉਹਨਾਂ ਨੇ ਇਹ ਮੌਕਾ ਦਿਖਾਇਆ। ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਪ੍ਰਪੋਜ਼ਲ ਬਣਾ ਕੇ ਦਿੱਲੀ ਭੇਜ ਦਿੰਦੇ ਹਾਂ। ਉਸ ਤੋਂ ਬਾਅਦ ਸਾਡਾ ਜਿਹੜਾ ਕੰਮ ਠੰਡੇ ਬਸਤੇ ਪਿਆ ਰਿਹਾ। ਫਿਰ ਅਸੀਂ 1 ਜੁਲਾਈ 2017 ਨੂੰ ਫਿਰ ਅਸੀਂ DC ਸਾਹਿਬ ਨੂੰ ਮਿਲੇ। ਉਹਨਾਂ ਨੂੰ ਵੀ ਅਸੀਂ ਇਹੀ ਮੰਗ ਰੱਖੀ ਕਿ ਜਿਹੜਾ ਸਾਡੇ ਪਿੰਡ ਦਾ ਆਪਣਾ ਪ੍ਰਾਇਮਰੀ ਸਕੂਲ ਹੈ, ਮਿਡਲ ਸਕੂਲ ਹੈ, ਮੰਦਰ ਹੈ, ਜੰਝ ਘਰ, ਸ਼ਮਸ਼ਾਨ ਘਾਟ, ਖੇਡ ਦਾ ਮੈਦਾਨ ਅਤੇ ਪਿੰਡ ਦੀ ਅੱਧੀ ਆਬਾਦੀ ਸੜਕ ਦੇ ਉਸ ਪਾਰ ਹੈ ਅਤੇ ਇਸ ਕਰਕੇ ਸਾਨੂੰ ਇਹ ਕੱਟ ਦਿੱਤਾ ਜਾਵੇ। ਉਹਨਾਂ ਨੇ ਸਾਨੂੰ NH ਜਲੰਧਰ ਭੇਜ ਦਿੱਤਾ। ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਪਿੰਡ ਦੀ ਜਾਇਜ਼ ਮੰਗਿਆ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਕੋਈ ਮਸਲਾ ਹੱਲ ਕੀਤਾ ਜਾਵੇ ਅਤੇ ਇਹ ਉਸ ਪਾਸੇ ਨੂੰ ਛੱਡ ਕੇ ਕੋਈ 1.5 ਸਾਲ ਬਾਅਦ ਫਿਰ ਆ ਕੇ ਸਾਡਾ ਇਹ ਕੱਟ ਵਾਰ ਵਾਰ ਬੰਦ ਕਰਦੇ ਆ ਅਤੇ ਸਾਨੂੰ ਪਿੰਡ ਵਾਸੀਆਂ ਨੂੰ ਪਰੇਸ਼ਾਨ ਕਰਦੇ ਆ। ਇਸ ਕਰਕੇ ਅਸੀਂ ਇਹੀ ਕਹਿੰਦੇ ਹਾਂ ਕਿ ਜੇਕਰ ਇਹ ਕੱਟ ਬੰਦ ਕਰਨਾ ਚਾਹੁੰਦੇ ਆ ਤਾਂ ਸਾਨੂੰ ਸਰਵਿਸ ਰੋਡ ਦਿੱਤਾ ਜਾਵੇ ਕਿ ਜੇਕਰ ਅਸੀਂ ਆਪਣੇ ਪਿੰਡ ਨੂੰ ਆਉਂਦਾ ਦੋਨਾਂ ਸਾਈਡ ਤੋਂ ਸਾਨੂੰ ਰੋਂਗ ਸਾਈਡ 'ਤੇ ਜਾਣਾ ਪੈਂਦਾ ਪਰ ਉਹਨਾਂ ਵਿੱਚ ਰੋਂਗ ਸਾਈਡ ਜਾਣ ਦੇ ਰੋਡ ਦੇ ਕਿਨਾਰੇ ਇੱਕ ਤਾਂ ਇਹਨਾਂ ਨੇ ਤਾਰ ਲਗਾਈ ਹੈਗੀ ਹੈ ਅਤੇ ਜਿਸ ਵੇਲੇ ਅਸੀਂ ਜਾਈਏ ਤਾਂ ਰਸਤਾ ਘੱਟੋ ਘੱਟ ਇੰਜਰਡ ਜਾਂ ਐਕਸੀਡੈਂਟ ਹੋ ਸਕਦਾ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਇਸ ਨੈਸ਼ਨਲ ਹਾਈਵੇ ਨੂੰ ਆਪਣੇ DC ਸਾਹਿਬ ਪਠਾਨਕੋਟ, SDM ਸਾਹਿਬ ਪਠਾਨਕੋਟ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਕਰਕੇ ਜਿਹੜਾ ਸਾਡਾ ਇਹ ਮਸਲਾ ਹੱਲ ਕੀਤਾ ਜਾਵੇ ਜੋ ਕਿ ਅਸੀਂ ਇਸ ਸਤਾਪ ਤੋਂ ਛੁਟਕਾਰਾ ਪਾ ਸਕੀਏ। ਧੰਨਵਾਦ। ਅਸੀਂ ਨੈਸ਼ਨਲ ਹਾਈਵੇ ਅਥਾਰਟੀ ਦੇ ਨਾਲ ਆਏ ਹਾਂ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਜਿਹੜੇ ਇਲੀਗਲ ਕੱਟਸ ਹੈਗੇ ਆ ਉਹਨਾਂ ਨੂੰ ਅਸੀਂ ਬੰਦ ਕਰਨਾ ਹੈਗਾ, ਸਾਰੀ ਰੋਡ 'ਤੇ ਕਰਨਾ। ਉਹ ਅੱਜ ਪਿੰਡ ਵਾਲਿਆਂ ਨੇ ਕੋਈ 2-4 ਦਿਨ ਦਾ ਸਮਾਂ ਮੰਗਿਆ ਆ, ਨੈਸ਼ਨਲ ਹਾਈਵੇ ਅਥਾਰਟੀ ਵਾਲਿਆਂ ਨੇ ਉਹਨਾਂ ਨੂੰ ਸਮਾਂ ਦਿੱਤਾ 4 ਦਿਨ ਦਾ ਦਿੱਤਾ ਕਿ 4 ਦਿਨ ਦੇ ਵਿੱਚ ਉਹ ਆਪਣਾ ਜੇ ਕੋਈ ਚਾਰਾ ਜੋਈ ਕਰਨੀ ਹੈ ਤਾਂ ਕਰ ਸਕਦੇ ਆ, ਨਹੀਂ ਤਾਂ ਅਸੀਂ ਫਿਰ ਉਸ ਤੋਂ ਬਾਅਦ 'ਚ ਆ ਕੇ ਇਹਨੂੰ ਬਣਾਵਾਂਗੇ। ਇਹਨਾਂ ਨੇ ਸਮਾਂ ਮੰਗਿਆ, ਉਹ ਕਹਿੰਦੇ ਵੀ ਸਾਡਾ ਸਕੂਲ ਵੀ ਇੱਧਰਲੇ ਪਾਸੇ ਆ, ਸ਼ਮਸ਼ਾਨ ਘਾਟ ਵੀ ਇੱਧਰਲੇ ਪਾਸੇ ਆ ਅਤੇ ਉਹਨਾਂ ਵਾਸਤੇ ਇਹਨੂੰ ਆਹ ਜਿਹੜਾ ਵੇ ਆ ਸੌਖਾ ਆ ਜਾਣਾ, ਬਲਕਿ ਜਿਹੜਾ 1-2 ਕਿਲੋਮੀਟਰ ਆਉਣਾ ਉਹ ਉਹਨਾਂ ਲਈ ਔਖਾ ਆ। ਇਸ ਤਰ੍ਹਾਂ ਜੋ ਕੁਛ ਹੁੰਦਾ ਆ ਸਰਕਾਰੀ ਕੋਈ ਪੋਲਿਸੀ ਬਣਦੀ ਜੇ ਕੱਟ ਨੂੰ ਬੰਦ ਕਰਦੇ ਤਾਂ ਉਹ ਵੀ ਇਹਨਾਂ ਵਾਸਤੇ ਆ, ਕਿਉਂਕਿ ਜੇ ਇਹਨਾਂ ਵਿੱਚ ਦੀ ਲੰਘਦੇ ਆ ਇੱਥੇ ਕੋਈ ਸੈਂਕਸ਼ਨਡ ਹੈ ਨਹੀਂ ਉਹ, ਤਾਂ ਉਹਦਾ ਐਕਸੀਡੈਂਟ ਹੋਣ ਦਾ ਵੀ ਖਤਰਾ, ਇਹਨਾਂ ਦੀ ਜਾਨ ਨੂੰ ਖਤਰਾ, ਬੱਚੇ ਜਾਂਦੇ ਆ ਜਾਂ ਅਦਰਵਾਈਜ਼ ਕੋਈ ਬਜ਼ੁਰਗ ਲੰਘਦੇ ਆ, ਨਹੀਂ ਸੜਕ ਪਾਰ ਕਰ ਹੁੰਦੀ, ਤੇਜ਼ ਗੱਡੀਆਂ ਲੰਘਦੀਆਂ, ਹਾਈਵੇ ਹੈਗਾ, ਤਾਂ ਇਹਨਾਂ ਵਾਸਤੇ ਵੀ ਦਿੱਕਤ ਹੈਗੀ ਆ, ਹੈ ਨਾ। ਸਰਕਾਰ ਨੇ ਤਾਂ ਇਹ ਸੋਚਣਾ ਨਾ ਕਿ ਨੁਕਸਾਨ ਵੀ ਨਾ ਹੋਵੇ ਕਿਸੇ ਦਾ। ਦੇਖੋ ਜੀ, ਇੱਕ ਮਹੀਨੇ ਕੱਟ ਆਊਟ ਹੈ ਜਿਹੜਾ 500 ਮੀਟਰ ਜਾਂ 1 ਕਿਲੋਮੀਟਰ ਹੈ, ਦੂਸਰਾ ਜਿਹੜਾ ਕੱਟ ਆਊਟ ਹੈ ਉਹ 2.5 ਕਿਲੋਮੀਟਰ। ਹਾਂ, ਉਹ ਐਕਚੁਲੀ ਨਾ ਉਹ ਇਹਨਾਂ ਦੇ ਪਹਿਲਾਂ ਅਪਰੂਵਡ ਹੋਏ ਹੁੰਦੇ ਆ, ਜਦੋਂ ਇਹਨਾਂ ਨੇ ਬਣਾਉਂਦੇ ਆ ਤਾਂ ਉਹਦੇ ਹਿਸਾਬ ਨਾਲ ਬਣਦੇ, ਡਿਜ਼ਾਈਨ ਬਣਿਆ ਹੁੰਦਾ ਸੜਕ ਦਾ। ਹਾਂ, ਮੈਂ ਤਾਂ ਜਦੋਂ ਇਹ ਆਉਣਗੇ ਉਹ ਕਹਿੰਦੇ ਅਸੀਂ ਆਵਾਂਗੇ ਸੋਮਵਾਰ, ਉਸ ਦਿਨ ਸਾਰਾ ਪ੍ਰੈਜੈਂਟ ਕਰਾਂਗੇ ਸਾਰਾ ਕੇਸ ਇਹਨਾਂ ਦਾ। ਅੱਜ ਅਸੀਂ ਸਮੂਹ ਪਿੰਡ ਵਾਸੀ, ਪਿੰਡ ਲਦਪਾਲਮਾ, ਪਿੰਡ ਜਗਤਪੁਰ ਜੱਟਾਂ ਅਤੇ ਜਗਤਪੁਰ ਦੇ ਲੋਕ ਇਸ ਕਰਕੇ ਇਕੱਠੇ ਹੋਏ ਹਾਂ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਇੱਕ ਕੱਟ ਸੀਗਾ ਇਹ ਨੈਸ਼ਨਲ ਹਾਈਵੇ ਅਥਾਰਟੀ ਜਿਹੜੀ ਆ ਉਹਨੂੰ ਬੰਦ ਕਰ ਰਹੀ ਆ। ਅੱਗੇ ਵੀ ਬਹੁਤ ਜ਼ਿਆਦਾ ਉਹਨਾਂ ਨੇ ਪ੍ਰਯਾਸ ਕੀਤੇ ਬੰਦ ਕਰਨ ਦੇ, ਪਰ ਅਸੀਂ ਹਰ ਵਾਰੀ ਅੜਦੇ ਹਾਂ। ਸਾਡੀ ਇੱਕ ਜਾਇਜ਼ ਮੰਗ ਆ ਕਿ ਇਸ ਸੜਕ ਦੇ ਸਾਹਮਣੇ ਬਿਲਕੁਲ ਇੱਕ ਤਾਂ ਮਿਡਲ ਸਕੂਲ ਹੈ ਔਰ ਨਾਲ ਸਭ ਤੋਂ ਵੱਡੀ ਗੱਲ ਆ ਕਿ ਪਿੰਡ ਦੇ ਜਿਹੜੇ ਸ਼ਮਸ਼ਾਨ ਘਾਟ ਆ ਉਹ ਵੀ ਸੜਕ ਦੇ ਪਾਰ ਆ, ਔਰ ਸਾਡੀ ਬਹੁਤ ਵੱਡੀ ਜ਼ਰੂਰਤ ਇਹ ਆ ਕਿ ਅਸੀਂ ਜਦੋਂ ਵੀ ਕੋਈ ਅਰਥੀ ਲੈ ਕੇ ਜਾਣੀ ਹੈ ਤਾਂ ਆਪਾਂ ਇੱਥੋਂ ਲੰਘ ਕੇ ਜਾਣਾ। ਅਸੀਂ ਹਮੇਸ਼ਾ ਇਹ ਮੰਗ ਕਰਦੇ ਹਾਂ ਕਿ ਸਾਨੂੰ ਇੱਕ ਜਿਹੜਾ ਕੱਟ ਦਿੱਤਾ ਜਾਵੇ, ਪਰ ਸਾਡੀ ਅੱਜ ਤੱਕ ਇਹ ਪ੍ਰਸ਼ਾਸਨ ਨੇ ਨੈਸ਼ਨਲ ਹਾਈਵੇ ਨੇ ਨਹੀਂ ਸੁਣੀ। ਇਸ ਤੋਂ ਇਲਾਵਾ ਵੀ ਇੱਥੇ ਘੱਟੋ ਘੱਟ ਵੀ ਤਾਂ 10 ਪਿੰਡ ਉਸ ਸਾਈਡ ਪੈਂਦੇ ਆ ਜਿਨ੍ਹਾਂ ਨੂੰ ਇਹੋ ਮੇਨ ਅੱਡਾ, ਇੱਥੋਂ ਹੀ ਸਾਰਿਆਂ ਲੋਕਾਂ ਨੇ ਸਕੂਲ ਜਾਣਾ, ਬੱਚਿਆਂ ਨੇ ਇੱਥੋਂ, ਮੁਲਾਜ਼ਮਾਂ ਨੇ ਜਾਣਾ ਵਾ, ਇਹੀ ਸਾਡਾ ਬੱਸ ਸਟੈਂਡ ਹੈ, ਇੱਥੇ ਸਾਰੇ ਖੜ੍ਹਦੇ ਆ। ਤਾਂ ਜੇ ਕੱਟ ਨਾ ਹੋਇਆ ਤਾਂ ਸਾਨੂੰ ਇੱਥੋਂ 1 ਕਿਲੋਮੀਟਰ ਅੱਗੇ ਘੁੰਮ ਕੇ ਆਉਣਾ ਪਊਗਾ, ਤਾਂ ਜੇ ਆਪਾਂ ਇੱਧਰੋਂ ਆਉਂਦੇ ਤਾਂ 2.5 ਕਿਲੋਮੀਟਰ ਦੇ ਕੱਟ ਆ, ਤੁਸੀਂ ਦੱਸੋ ਕਿ ਮਤਲਬ ਅਸੀਂ ਕਿੱਦਾਂ ਇਹ ਹੱਲ ਕਰਾਂਗੇ। ਅਸੀਂ ਤੁਹਾਡੇ ਮੀਡੀਆ ਦੇ ਥਰੂ ਆਪਾਂ ਇਹੋ ਮੰਗ ਰੱਖਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਇਹ ਮੰਗ ਆ ਇਹਨੂੰ ਜਾਇਜ਼ ਠਹਿਰਾ ਕੇ ਅਤੇ ਸਾਡਾ ਹੱਲ ਕੀਤਾ ਜਾਵੇ ਤਾਂ ਜੋ ਸਾਡੇ ਬੱਚਿਆਂ ਨੂੰ ਆਉਣ ਵਾਲਾ ਜਿਹੜਾ ਸਮਾਂ ਸਾਡਾ ਸਹੀ ਨਿਕਲ ਸਕੇ।